ਮਾਈ ਪੈਣੇ ਕਹਿਣਾ ਆਵੀ ਲਖਾਈ ਨੇ ਕਰੀਏ ਤੇ ਜੋ ਬੜਿਆ ਸੋ ਕਹਿਣਾ ਉਹ ਵੱਤ ਕਦੀਰੇ ਵਾਰੇ ਜਾਈਏ ਤੂੰ ਨੀ ਚੱਲਿਆ ਰਹਿਣਾ ਉਹ ਮੇਰਿਆ ਜੁਗਨੀ ਮੇਰਿਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਵਾਲੀ ਦਾ ਜਿਹੜੀ ਨਾਮ ਸਾਈਂ ਦਾ ਲੈਂਦੀ ਆ ਜਿਹੜੀ ਨਾਮ ਵਾਲੀ ਦਾ ਜਿਹੜੀ ਨਾਮ ਸਾਈਂ ਦਾ ਲੈਂਦੀ ਆ ਜਿਹੜੀ ਨਾਮ ਅੱਲਾ ਦਾ ਲੈਂਦੀ ਆ ਅੱਲਾ ਸਰਦਾਰਾਂ ਦੀ ਦੋਸਤੋ ਜਦੋਂ ਇਹ ਜੁਗਨੀ ਜਾਗਦੀ ਹੈ ਤੇ ਸਭ ਦਾ ਦਿਲ ਲੁੱਟ ਲੈਂਦੀ ਹੈ ਤੇ ਹੁਣ ਪੰਜਾਂ ਦਰਿਆਵਾਂ ਦੇ ਹੋਰ ਲੋਕ ਗੀਤਾਂ ਦੇ ਨਾਲ ਅਸੀਂ ਤੁਹਾਡਾ ਤਾਰੁਫ ਕਰਾਵਾਂਗੇ ਦੋਸਤੋ ਅਸੀਂ ਅਕਸਰ ਗੱਲ ਕਰੀਦੀ ਹੈ ਲੋਕ ਗੀਤਾਂ ਦੀ ਲੰਬੀ ਉਮਰ ਬਾਰੇ ਤੇ ਉਸ ਲੰਬੀ ਉਮਰ ਦੇ ਪਿੱਛੇ ਬਾਵਾ ਜੀ ਵਰਗੇ ਅਜ਼ੀਮ ਫਨਕਾਰਾਂ ਦਾ ਹੀ ਹੱਥ ਹੁੰਦਾ ਹੈ ਇੱਦਾਂ ਦੇ ਕਲਾਕਾਰ ਹੀ ਇਹਨਾਂ ਦੇ ਨਾਲ ਸਾਡੀ ਸਾਂਝ ਪਵਾਉਂਦੇ ਨੇ ਸਾਡਾ ਪਿਆਰ ਪਵਾਉਂਦੇ ਨੇ ਅਤੇ ਸਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਲਈ ਦਰਜ ਕਰ ਦਿੰਦੇ ਨੇ ਅਤੇ ਕੁਝ ਲੋਕ ਗੀਤ ਤਾਂ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਗੱਲ ਕਰਦਿਆਂ ਹੀ ਗੁਰਮੀਤ ਬਾਵਾ ਜੀ ਦਾ ਨਾਂ ਫੌਰਨ ਯਾਦ ਆ ਜਾਂਦਾ ਹੈ ਜਿਵੇਂ ਕਿ ਘੋੜੀਆਂ Yeah.
ਕੁੜੀਆਂ ਸੁਹਾਗ ਮਹਿੰਦੀ ਵਟਣੇ ਦੇ ਇਹ ਗੀਤ ਸਾਡੀ ਪੰਜਾਬੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਾਲ ਘਿਓ ਖਿਚੜੀ ਵਾਂਗ ਰਹੇ ਨੇ ਤੇ ਕਿਤੇ ਇਹ ਨਾ ਹੋ ਜਾਵੇ ਕਿ ਸਾਡੀਆਂ ਜ਼ਿੰਦਗੀਆਂ 'ਚੋਂ ਨਿਕਲਦੀਆਂ ਯਾਦਾਂ ਦਾ ਇਹ ਸ਼ਿੰਗਾਰ ਬਣ ਕੇ ਰਹਿ ਜਾਣ ਇਸ ਕਰਕੇ ਦੁਆ ਕਰੋ ਕਿ ਰੱਬ ਸਾਡੇ ਇਹਨਾਂ ਫਨਕਾਰਾਂ ਨੂੰ ਅਤੇ ਇਹਨਾਂ ਗੀਤਾਂ ਦੀ ਉਮਰ ਦਰਾਜ ਕਰੇ ਅਤੇ ਹੁਣ ਵਕਤ ਹੋ ਚੱਲਿਆ ਇੱਕ ਸਪੈਸ਼ਲ ਗੀਤ ਸੁਣਨ ਦਾ ਦੋਸਤੋ ਹੁਣ ਸੁਣਦੇ ਹਾਂ ਗੁਰਮੀਤ ਬਾਵਾ ਦੀ ਬੁਲੰਦ ਆਵਾਜ਼ ਦੇ ਵਿੱਚ ਪ੍ਰੇਮ ਕਹਾਣੀ ਦੇ ਇੱਕ ਐਸੇ ਨਾਇਕ ਦਾ ਕਿੱਸਾ ਜਿਹਨੇ ਇਸ਼ਕ ਦੇ ਵਿੱਚ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਅਤੇ ਜੱਟ ਤੋਂ ਡਰਨ ਖੁਦਾ
ਬੇਟਾ ਸੌ ਗਿਆ ਨੀਂਦਰ ਮੌਤ ਦੀ ਵੇ ਗੱਟਾ ਸੌ ਗਿਆ ਨੀਂਦਰ ਮੌਤ ਦੀ ਵੇ ਆਵੇ ਸਿਆਲੋ ਧੂੜ ਚਰੀ ਮੇਰੀ ਜਨ ਮੁੱਠੀ ਵਿੱਚ ਆ ਗਈ ਵੇ ਜਨ ਮੁੱਠੀ ਵਿੱਚ ਆ ਗਈ ਵੇ ਹੁਣ ਆ ਗਈ ਅੰਤ ਕਰੀ ਸਾਡੀ ਇਹ ਜੱਗ ਤੋਂ ਵੱਖਰੀ ਕਲਾ ਸਦਾ ਕਾਇਮ ਰਹੇ ਅਤੇ ਇਹਨੂੰ ਕਾਇਮ ਰੱਖਣ ਵਾਲੇ ਕਲਾਕਾਰਾਂ ਦੇ ਸੁਰ ਸਦਾ ਜਵਾਨ ਰਹਿਣ। ਇਸੇ ਦੁਆ ਦੇ ਨਾਲ ਮੈਂ ਸੁਮਨਦੀਪ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੀ ਅਤੇ ਮਿਲਾਂਗੀ ਅਗਲੇ ਐਪੀਸੋਡ ਦੇ ਵਿੱਚ। ਤੁਹਾਨੂੰ ਸਾਡਾ ਅੱਜ ਦਾ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਜ਼ਰੂਰ ਲਿਖ ਕੇ ਭੇਜਣਾ ਇਸ ਪਤੇ 'ਤੇ। ਤੁਸੀਂ ਵੇਖਦੇ ਰਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਖੁਦਾ ਹਾਫਿਜ਼।